ਸੋਸ਼ਲ ਮੀਡੀਆ ਤੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭਾਵਨਾਤਮਕ ਇਮੋਜੀ ਭੇਜਣ ਅਤੇ ਪ੍ਰਾਪਤ ਕਰਨ ਤੋਂ ਤੁਸੀਂ ਜਾਣੂ ਹੀ ਹੋਵੋਗੇ। ਇਮੋਜੀ ਔਨਲਾਈਨ ਦੁਨੀਆ 'ਚ ਕਾਫੀ ਸੁਰਖੀਆਂ ਬਟੋਰ ਰਹੇ ਹਨ। ਵਟਸਐਪ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਅਤੇ ਟੈਲੀਗ੍ਰਾਮ 'ਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇੱਕ ਇਮੋਜੀ ਬਹੁਤ ਸਾਰੇ ਸ਼ਬਦਾਂ ਨੂੰ ਪਛਾੜ ਦਿੰਦਾ ਹੈ। ਜੇਕਰ ਤੁਸੀਂ ਆਪਣੇ ਵਟਸਐਪ ਚੈਟਿੰਗ ਦੌਰਾਨ ਖੁਸ਼ ਹੋ ਤਾਂ ਤੁਸੀਂ ਇਸ ਖੁਸ਼ੀ ਨੂੰ ਮੁਸਕਰਾਹਟ ਇਮੋਜੀ ਨਾਲ ਪ੍ਰਗਟ ਕਰ ਸਕਦੇ ਹੋ। ਦਿਲ ਦੀਆਂ ਗੱਲਾਂ ਨੂੰ ਦਿਲ ਤੱਕ ਲੈ ਜਾਣ ਵਿੱਚ ਇਮੋਜੀ ਦੀ ਕੋਈ ਤੁਲਨਾ ਨਹੀਂ ਹੈ, ਭਾਵੇਂ ਉਹ ਜਨਮਦਿਨ ਹੋਵੇ ਜਾਂ ਵਰੇਗੰਢ। ਇਮੋਜੀ ਬਿਨਾਂ ਕਿਸੇ ਝਿਜਕ ਦੇ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਹੱਸਣਾ, ਰੋਣਾ, ਗੁੱਸਾ ਕਰਨਾ, ਜਸ਼ਨ ਮਨਾਉਣਾ, ਮਾਫ਼ੀ ਮੰਗਣਾ, ਸਹਿਮਤ ਹੋਣਾ, ਇਨਕਾਰ ਕਰਨਾ ਅਤੇ ਅਲਵਿਦਾ ਕਹਿਣਾ ਵਰਗੀਆਂ ਕਈ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਪ੍ਰਗਟ ਕਰਨ ਲਈ ਇਮੋਜੀ ਬਣਾਏ ਗਏ ਹਨ। ਇਸ ਨੇ ਸੰਚਾਰ ਨੂੰ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ। ਕੀ ਹੈ ਇਮੋਜੀ ਦਾ ਇਤਿਹਾਸ? ਗੱਲ ਕਰਨ ਦਾ ਸ਼ਾਰਟਕੱਟ ਤਰੀਕਾ, ਜਾਨੀ ਇਮੋਜੀ ਦੀ ਖੋਜ 1999 ਵਿੱਚ ਜਪਾਨੀ ਵਿਅਕਤੀ ਸ਼ਿਗੇ ਤਾਕਾ ਨੇ ਕੀਤੀ ਸੀ। ਇਮੋਜੀ ਵਿੱਚ ਉਸਨੇ ਇਮੋਜੀ ਈ ਦਾ ਮਤਲਬ ਤਸਵੀਰ ਦੱਸਿਆ ਹੈ ਅਤੇ ਮੋਜੀ ਦਾ ਅਰਥ ਹੈ ਅੱਖਰ, ਜਾਨੀ ਤਸਵੀਰ ਰਾਹੀਂ ਦੂਜਿਆਂ ਤੱਕ ਫੀਲਿੰਗ ਪਹੁੰਚਾਉਣਾ ਇਮੋਜੀ ਮੰਨਿਆ ਜਾਂਦਾ ਹੈ। ਇਮੋਜੀ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਆਕਸਫੋਰਡ ਡਿਕਸ਼ਨਰੀ ਨੇ ਸਾਲ 2013 ਵਿੱਚ ਹੀ ਇਮੋਜੀ ਸ਼ਬਦ ਨੂੰ ਸ਼ਾਮਲ ਕੀਤਾ ਸੀ। ਹੁਣ ਤੱਕ ਕੁੱਲ 3,633 ਇਮੋਜੀ ਬਣਾਏ ਜਾ ਚੁੱਕੇ ਹਨ, ਜਦਕਿ ਵਟਸਐਪ 'ਤੇ 800 ਇਮੋਜੀ ਉਪਲਬਧ ਹਨ। ਕੀ ਤੁਸੀਂ ਦੇਖਿਆ ਹੈ ਕਿ ਇਮੋਜੀ ਦਾ ਰੰਗ ਜ਼ਿਆਦਾਤਰ ਪੀਲਾ ਹੁੰਦਾ ਹੈ? ਲਗਭਗ ਸਾਰੇ ਇਮੋਜੀ ਪੀਲੇ ਰੰਗ ਦੇ ਹੁੰਦੇ ਹਨ। ਦਰਅਸਲ ਰਿਸਰਚ ਤੋਂ ਪਤਾ ਲੱਗਾ ਹੈ ਕਿ ਪੀਲੇ ਰੰਗ ਦੀ ਇਮੋਜੀ ਖਿੜਦੀ ਨਜ਼ਰ ਆ ਰਹੀ ਹੈ ਅਤੇ ਇਹ ਰੰਗ ਖੁਸ਼ੀ ਦਾ ਪ੍ਰਤੀਕ ਹੁੰਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਹਰ ਦਿਨ ਸੰਚਾਰ ਲਈ 7 ਅਰਬ ਤੋਂ ਵੱਧ ਇਮੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਸਭ ਤੋਂ ਵੱਧ ਵਰਤੇ ਜਾਣ ਵਾਲੇ 10 ਇਮੋਜੀ ਹਨ ਖੁਸ਼ੀ, ਅੰਗੂਠਾ, ਲਾਲ ਦਿਲ, ਰੋਣਾ, ਹੱਥ ਜੋੜਨਾ, ਹੱਸਦੇ ਹੋਏ ਹੰਝੂ ਬਹਾਉਣਾ, ਦਿਲ ਨਾਲ ਮੁਸਕਰਾਉਣਾ, ਅੱਖਾਂ 'ਤੇ ਦਿਲ ਨਾਲ ਮੁਸਕਰਾਹਟ ਅਤੇ ਮੁਸਕਰਾਉਂਦੀਆਂ ਅੱਖਾਂ ਹਨ। ਇਹਨਾਂ ਦੀ ਵਰਤੋਂ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਗਈ ਹੈ।